ਜਿਹਦੇ ਉਧਰ ਇੱਕ ਪਾਸੇ ਅਕਾਲੀ ਭਾਜਪਾ ਐਸ ਵਾਈ ਐਲ ਮੁੱਦੇ ਤੇ ਆਮੋ ਸਾਹਮਣੇ ਨੇ ਤਾਂ ਦੂਜੇ ਪਾਸੇ ਵਿਰੋਧੀ ਧਿਰਾਂ ਐਸ ਵਾਈ ਐਲ ਦੇ ਮੁੱਦੇ ਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਨ ਦਾ ਕੋਈ ਮੌਕਾ ਨਹੀਂ ਗਵਾਰੀਆਂ। ਕੈਪਟਨ ਅਮਰਿੰਦਰ ਸਿੰਘ ਜਿੱਥੇ ਪਾਣੀਆਂ ਦੇ ਮੁੱਦੇ ਤੇ ਯਾਤਰਾ ਸ਼ੁਰੂ ਕਰਨ ਦੀ ਤਿਆਰੀ 'ਚ ਨੇ, ਉੱਥੇ ਹੀ ਬਾਦਲ ਸਰਕਾਰ ਦੇ ਖਿਲਾਫ਼ ਬਗਾਵਤੀ ਸੁਰ ਚੁੱਕਣ ਵਾਲੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸਰਕਾਰ ਨੂੰ ਪਾਣੀ ਸਰਪਲਸ ਕਰਨ ਦੇ ਲਈ ਕੁਝ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਅਜੇ ਅਸੀਂ ਪਾਣੀ ਸ਼ੇਅਰ ਨਹੀਂ ਕਰਨ ਲਈ ਤਿਆਰ। ਨਾਲ ਹੀ ਨਵਜੋਤ ਕੌਰ ਸਿੱਧੂ ਨੇ ਫਾਰਮਿੰਗ 'ਚ ਹਰਿਆਣਾ ਨੂੰ ਪੰਜਾਬ ਤੋਂ ਅੱਗੇ ਦੱਸਿਆ। ਉਹਨਾਂ ਦੀ ਸ਼ੁਰੂ ਤੋਂ ਹੀ ਦੋਹਰੀ ਨੀਤੀ ਰਹੀ ਹੈ, ਸਵਾਏ ਹਾਇਰ ਅਪਸ ਤੋਂ ਉਹਨਾਂ ਨੇ ਕਦੇ ਵੀ ਬੀਜੇਪੀ ਜਾਂ ਕਿਸੇ ਵੀ ਪਾਰਟੀ ਦਾ ਭਲਾ ਨਹੀਂ ਚਾਹਿਆ, ਐਕਸੈਪਟ ਉਹ ਆਪਣੇ ਭਲੇ ਲਈ ਬੀਜੇਪੀ ਨਾਲ ਜੁੜ ਜਾਂਦੇ ਹੈ, ਉਸ ਤੋਂ ਸਵਾਏ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ ਬੀਜੇਪੀ ਦੇ ਵਿੱਚ। ਜਿੱਥੇ ਤੱਕ ਪਾਣੀ ਦਾ ਮੁੱਦਾ ਹੈ, ਪੰਜਾਬ ਹਜੇ ਪਾਣੀ ਵਾਟਰ ਸਰਪਲਸ ਨਹੀਂ ਹੈ, ਸਾਡੀ ਬਹੁਤ ਸਾਰੀ ਜਿਹੜੀ ਬੈਲਟ ਹੈ ਉਹ ਪਾਣੀ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਏਗੀ ਜੇ ਅਸੀਂ ਪਾਣੀ ਸਾਡੇ ਕੋਲ ਸਰਪਲਸ ਨਹੀਂ ਹੈ ਕਿ ਅਸੀਂ ਉਹਨੂੰ ਡਾਇਵਰਸੀਫਾਈ ਕਰ ਦਾਂਗੇ ਹਰਿਆਣਾ ਐਂਡ ਰਾਜਸਥਾਨ। ਇਹ ਬਹੁਤ ਸੈਂਸਿਟਿਵ ਇਸ਼ੂ ਹੈ ਜਿਹੜਾ ਕਿ ਔਨ ਟੇਬਲ ਬੈਠ ਕੇ ਡਿਸਕਸ ਕਰਨਾ ਚਾਹੀਦਾ, ਰੈਦਰ ਦੈਨ ਜਸਟ ਮੇਕ ਅ ਬਹੁਤ ਉੱਚੇ ਹਿਊ ਐਂਡ ਕ੍ਰਾਈ ਕਰੋ ਕਿ ਅਸੀਂ ਨਹੀਂ ਦੇਣਾ। ਯੂ ਨੋ ਅਸੀਂ ਕਿਵੇਂ ਦੇਣਾ, ਅਸੀਂ ਕਿਵੇਂ ਸ਼ੇਅਰ ਕਰਨਾ ਪਾਣੀ, ਜਾਂ ਜਦੋਂ ਤੱਕ ਅਸੀਂ ਸਫੀਸ਼ੀਐਂਟ ਨਹੀਂ ਹੁੰਦੇ ਅਸੀਂ ਤਿਆਰ ਨਹੀਂ ਆ ਸ਼ੇਅਰ ਕਰਨ ਨੂੰ, ਕਿਉਂਕਿ ਸਾਡਾ ਆਪਣਾ ਨੁਕਸਾਨ ਹੋ ਜਾਏਗਾ। ਅਸੀਂ ਇੰਝ ਨਹੀਂ ਦੇ ਸਕਦੇ ਨਾ ਸਾਡਾ ਨੁਕਸਾਨ ਹੋਵੇ, ਅਸੀਂ ਸਰਪਲਸ ਹੋਵਾਂਗੇ ਜ਼ਰੂਰ ਦੇਵਾਂਗੇ, ਕਿਵੇਂ ਸਰਪਲਸ ਹੋਵਾਂਗੇ ਇਹਦੇ ਬਾਰੇ ਡਿਸਾਈਡ ਕੀਤਾ ਜਾਵੇ, ਕੋਈ ਕਮੇਟੀ ਬਿਠਾਈ ਜਾਵੇ ਜਿਹੜੀ ਇਹ ਸਾਰਾ ਕੁਛ ਨੂੰ, ਕਿਉਂਕਿ ਇਹ ਬਹੁਤ ਸਾਲਾਂ ਤੋਂ ਲਟਕੀ ਹੋਈ ਹੈ, ਰਿਟ ਤੇ ਰਿਟ ਹਾਈਕੋਰਟ 'ਚ 40 ਸਾਲ ਹੋ ਗਏ ਚੱਲਦੇ ਨੂੰ, ਰਾਜਸਥਾਨ ਨੂੰ ਵੀ ਚਾਹੀਦਾ ਹੈ, ਹਰਿਆਣੇ ਨੂੰ ਵੀ ਚਾਹੀਦਾ ਹੈ, ਕਿਵੇਂ ਉਹਨੂੰ ਡਾਇਵਰਸੀਫਾਈ ਕੀਤਾ ਜਾਵੇ, ਕਿਵੇਂ ਵਾਟਰ ਸੇਵਿੰਗ ਲਈ। ਅੱਜ ਤੱਕ ਅਸੀਂ ਰੇਨ ਵਾਟਰ ਹਾਰਵੈਸਟਿੰਗ 'ਤੇ ਨਹੀਂ ਆਏ, ਅਸੀਂ ਕਿਹੜੇ ਦੁਨੀਆਂ 'ਚ ਕਿੱਥੇ ਜੀ ਰਹੇ ਹਾਂ ਕਿ ਇੰਨਾ ਪਾਣੀ ਬਾਰਿਸ਼ ਦਾ ਆਉਂਦਾ ਹੈ, ਫਲੱਡ ਆ ਜਾਂਦੇ ਹੈ, ਸਾਡੀ ਖੇਤੀ ਬਰਬਾਦ ਹੋ ਜਾਂਦੀ ਹੈ, ਬਟ ਸਾਡੇ ਪੰਜਾਬ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਹੈ ਨਹੀਂ ਕਿ ਬਾਰਿਸ਼ ਦਾ ਪਾਣੀ ਅਕਿਊਮੂਲੇਟ ਕਰਕੇ ਉਹਨੂੰ ਯੂਜ਼ ਕਰ ਲਈਏ, ਰੈਦਰ ਦੈਨ ਸਾਡੀ ਕੈਨਾਲਸ ਨਿਕਲਦੀਆਂ ਅਸੀਂ ਉਸ ਤੋਂ ਡਰਿੰਕਿੰਗ ਵਾਟਰ ਲੈ ਸਕਦੇ ਹਾਂ, ਫਿਰ ਵੀ ਅਸੀਂ ਟਿਊਬਵੈੱਲ ਲਾ ਲਾ ਕੇ ਵਾਟਰ ਟੇਬਲ ਸਭ ਤੋਂ ਜ਼ਿਆਦਾ ਪੰਜਾਬ ਦਾ ਸਭ ਤੋਂ ਨੀਚੇ ਗਿਆ। ਖੇਤੀ ਦੀ ਜ਼ਮੀਨ ਸਭ ਤੋਂ ਜ਼ਿਆਦਾ ਪੰਜਾਬ ਦੀ ਖਰਾਬ ਹੋਈ ਹੈ, ਕਿਉਂ? ਕਿਉਂਕਿ ਸਭ ਤੋਂ ਗੰਦਾ ਪੈਸਟੀਸਾਈਡ ਪੰਜਾਬ 'ਚ ਵਿਕਦਾ ਹੈ, ਇੱਥੇ ਹਜੇ ਤੱਕ ਕਿਸਾਨ ਅੱਗ ਲਾਉਂਦਾ ਹੈ, ਉਹਦੇ ਕਰਕੇ ਪੂਰੀ ਸੋਇਲ ਦੀ ਲੇਅਰ ਖਰਾਬ ਹੋਈ ਹੋਈ ਹੈ। ਪ੍ਰੋਗਰੈਸਿਵ ਫਾਰਮਿੰਗ ਤਾਂ ਹੋਏਗੀ ਜੇ ਡ੍ਰੌਪ ਇਰੀਗੇਸ਼ਨ ਹੋਏਗੀ, ਜਿੱਥੇ ਮਿਨੀਮਮ ਪਾਣੀ ਲਾ ਕੇ ਤੁਸੀਂ ਆਪਣੀ ਜ਼ਮੀਨ ਨੂੰ ਮੈਕਸੀਮਮ ਸੋਇਲ ਨੂੰ ਚੰਗਾ ਬਣਾ ਕੇ। ਮੋਦੀ ਸਰਕਾਰ ਨੇ ਇਹਦੇ ਬਾਰੇ ਕਿੰਨਾ ਕੁਛ ਕੀਤਾ, ਹਰਿਆਣਾ ਇੱਕ ਸਾਲ 'ਚ ਸਾਡੇ ਤੋਂ 10 ਸਾਲਾਂ ਤੋਂ ਅੱਗੇ ਨਿਕਲ ਗਿਆ ਫਾਰਮਿੰਗ ਦੇ ਵਿੱਚ, ਅੱਜ ਉਹ ਤਿਆਰ ਹੈ ਨੈਚੁਰੋਪੈਥੀ ਦੇ ਨੈਚੁਰੋਥੈਰੇਪੀ ਦੇ ਫਾਰਮਸ ਖੋਲ੍ਹਣ ਲਈ। ਅੱਜ ਅਨਿਲ ਵਿਜ ਜੀ ਦੀ ਆਈ ਹੈ ਕਿ ਬਜਟ ਸੈਸ਼ਨ 'ਚ ਰੱਖਣਾ ਹੈ, ਅਸੀਂ ਇੰਨਾ ਸਾਡਾ ਬਰਡਨ ਹੈ ਨੈਚੁਰਲ, ਅਸੀਂ ਜਿਹੜੇ ਯੋਗਾ ਕਰਾਉਂਦੇ ਯੂਨਾਨੀ ਕਰਦੇ ਹੈ ਜਿਹੜੇ ਕਿ ਸਾਡੇ ਕ੍ਰੋਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੈ, ਮੈਡੀਸਨਲ ਪਲਾਂਟਸ ਲਾਉਣ ਨੂੰ ਹੈ, ਅਸੀਂ ਸਾਡੇ ਕੋਲ ਉਹਨਾਂ ਲਈ ਟਾਈਮ ਹੀ ਨਹੀਂ, ਅਸੀਂ ਉਹਨਾਂ ਲਈ ਸੁਣਨ ਨੂੰ ਤਿਆਰ ਹੀ ਨਹੀਂ।